महीने बाद टेस्ट करवाने पेंदे आ, हुण टेस्टां दे पैसे लगदे आ। मम्मी जी वह भी कल मम्मी जी हुणां ने मैनूं दित्ते ही। मम्मी हुणां ने दित्ते ही? हाँ जी हाँ जी, कोई गल नहीं, पैसे वरतण नहीं हुंदे आ, मैं तुहानूं लिया के दिन्नी आ। जे अपना हुंदा ना ते फिर ही साडे वल दी कोई गल करदा। नहीं मैनूं ते तेरे प्यो दी समझ नहीं आउंदी, गया ते उत्थों चुक लिया 2000 रुपया दे दित्ता। बार बार तेको गल करी जांदे ही। ओह तूं पैसे क्यों दित्ते? जे तैनूं उत्थों नरक दे विचों कढ के ही अपने कोल लै ही आंदा ही, तैनूं वधिया तरीके नाल पालिया पढ़ाया तैनूं व्याहिया ते तां करके आ काम करदा फिरदा। ਵੇਖਲਾ ਕੱਲ੍ਹ ਦੀ ਪੇਕਿਆਂ ਤੋਂ ਹੋ ਕੇ ਆਈ ਆ, ਮੈਨੂੰ ਕੁਝ ਨਹੀਂ ਦੱਸਿਆ ਵੀ ਉੱਥੋਂ ਕੀ ਮਿਲਿਆ ਵਾ ਕੀ ਨਹੀਂ ਮਿਲਿਆ। ਹੁਣ ਇਹਨੂੰ ਪੁੱਛਾਂ ਤਾਂ ਕਿੱਦਾਂ ਪੁੱਛਾਂ? ਜੇ ਇਹਨੇ ਦੱਸਣਾ ਹੁੰਦਾ ਤਾਂ ਇਹਨੇ ਮੈਨੂੰ ਕੱਲ੍ਹ ਦਾ ਹੀ ਦੱਸ ਦੇਣਾ ਸੀ, ਇਹਨੇ ਆਪੇ ਤਾਂ ਮੈਨੂੰ ਦੱਸਣਾ ਨਹੀਂ ਆ। ਹੁਣ ਇੱਕ ਤਰੀਕਾ ਮੇਰੇ ਕੋਲ ਹੈਗਾ ਵਾ, ਬਿਮਾਰ ਹੋਣ ਦਾ ਕਰਦੀ ਹਾਂ ਬਹਾਨਾ ਅਤੇ ਫਿਰ ਇਹਨੂੰ ਮੈਂ ਪੁੱਛਦੀ ਹਾਂ। ਆਹ ਮੈਨੂੰ ਤਾਂ ਚੈਨ ਨਹੀਂ ਆਉਣ ਡਿਆ ਵੀ ਮਾਂ ਇਹਦੀ ਨੇ ਦਿੱਤਾ ਇਹਨੂੰ ਕੀ ਆ। ਸਿਰ ਬੜਾ ਪੀੜ ਹੋਣ ਡਿਆ ਵਾ ਅਤੇ ਪੈਸੇ ਦੇ ਡੈਡੀ ਨੇ ਰੱਖੇ ਆ ਅਤੇ ਜੋ ਤਾਂ ਤੈਨੂੰ ਕੱਲ੍ਹ ਕੋਈ ਮਿਲਿਆ ਉੱਥੋਂ ਬਚਿਆ ਵਾ ਮੈਨੂੰ ਦੇ, ਹਾਂ ਮੈਂ ਦਵਾਈ ਲਿਆਵਾਂ, ਦੱਸੂਗੀ ਆਪੇ। ਜੋਤ। ਹਾਂਜੀ ਮੰਮੀ। ਪੁੱਤ ਕੀ ਕਰਨ ਡਈ ਆ ਤੂੰ? ਰੁਪਿੰਦਰ ਨੂੰ ਕਹਿ ਦੇਣਾ ਸੀ। ਨਹੀਂ ਨਹੀਂ ਮੰਮੀ ਜੀ, ਥੋੜ੍ਹਾ ਜਿਹਾ ਤਾਂ ਕੰਮ ਆ, ਦੀਦੀ ਨੂੰ ਕੀ ਵਾਰ ਵਾਰ ਕਹੀ ਜਾਵਾਂ। ਪੁੱਤ ਰਹਿਣ ਦੇ, ਤੂੰ ਕਾਹਨੂੰ ਕਰਨਾ ਸੀ, ਰੁਪਿੰਦਰ ਨੂੰ ਕਹਿ ਦਿੰਦੀ ਰੁਪਿੰਦਰ ਨੇ ਸਬਜ਼ੀ ਬਣਾ ਲੈਣੀ ਸੀ। ਕੋਈ ਨਹੀਂ ਮੰਮੀ ਜੀ, ਸਬਜ਼ੀ ਮੈਂ ਬਣਾ ਦਿੰਦੀ ਹਾਂ, ਉੱਦਾਂ ਵੀ ਸਾਰਾ ਦਿਨ ਦੀਦੀ ਕਰਦੇ ਹੀ ਰਹਿੰਦੇ ਆ, ਨਿੱਕੇ ਨਿੱਕੇ ਕੰਮ ਬਥੇਰੇ ਹੋ ਜਾਂਦੇ ਆ। ਚੱਲ ਉਹ ਤਾਂ ਮੈਂ ਠੀਕ ਹੁੰਦੀ ਤਾਂ ਮੈਂ ਹੀ ਕਰ ਦੇਣਾ ਸੀਗਾ। ਚੱਲ ਉਹਨੂੰ ਕਹਿ ਦਿਆ ਕਰ, ਉਹਨੂੰ ਵੀ ਜਾਚ ਆਊਗੀ ਕੰਮ ਦੀ, ਉਹਨੇ ਵੀ ਗਾਂਹ ਬਗਾਨੇ ਘਰ ਜਾਣਾ ਵਾ। ਕੋਈ ਨਹੀਂ ਮੰਮੀ ਜੀ, ਜੇ ਤੁਸੀਂ ਨਹੀਂ ਠੀਕ ਤਾਂ ਤੁਸੀਂ ਦਵਾਈ ਖਾ ਲੈਂਦੇ। ਪੁੱਤ ਦਵਾਈ ਮੈਂ ਕੀ ਖਾਣੀ ਸੀ, ਦਵਾਈ ਤਾਂ ਮੈਂ ਕੱਲ੍ਹ ਦੀ ਜੋਬਨ ਨੇ ਲਿਆ ਕੇ ਦਿੱਤੀ, ਖਾਣ ਹੀ ਡਈ ਹਾਂ। ਉਹਦੇ ਨਾਲ ਤਾਂ ਮੈਨੂੰ ਮਾਸਾ ਫਰਕ ਨਹੀਂ ਪਿਆ, ਮਹੀਨੇ ਬਾਅਦ ਟੈਸਟ ਕਰਵਾਉਣੇ ਪੈਂਦੇ ਆ, ਹੁਣ ਟੈਸਟਾਂ ਦੇ ਪੈਸੇ ਲੱਗਦੇ ਆ ਅਤੇ ਪੈਸਾ ਮੇਰੇ ਕੋਲ ਕੋਈ ਨਹੀਂ ਹੈਗਾ, ਜਿਹੜੇ ਹੈਗੇ ਸੀ ਥੋੜ੍ਹੇ ਬਹੁਤੇ 100-200 ਉਹ ਤੇਰੇ ਡੈਡੀ ਕੋਲ ਵਾ। ਕੋਈ ਨਹੀਂ ਮੰਮੀ ਜੀ, ਜੇ ਟੈਸਟ ਕਰਵਾਉਣੇ ਪੈਂਦੇ ਆ ਤਾਂ ਤੁਸੀਂ ਕਰਵਾਓ, ਫਿਰ ਕੀ ਹੋਇਆ, ਹੁਣ ਟੈਸਟ ਜਿਹੜੇ ਆ ਉਹ ਸਰੀਰ ਨਾਲੋਂ ਚੰਗੇ ਥੋੜ੍ਹੀ ਆ। ਪੁੱਤ ਮੇਰੀ ਗੱਲ ਸੁਣ, ਟੈਸਟ ਤਾਂ ਮੈਂ ਕਰਵਾਵਾਂ, ਕੱਲ੍ਹ ਮੇਰੇ ਕੋਲ 500 ਰੁਪਈਆ ਸੀ, ਉਹ ਮੈਂ ਤੁਹਾਨੂੰ ਜਾਣ ਲੱਗਿਆਂ ਦੇ ਦਿੱਤਾ, ਹੁਣ ਮੇਰੇ ਕੋਲ ਪੈਸਾ ਹੀ ਕੋਈ ਹੈ ਨਹੀਂ ਗਾ ਅਤੇ ਕਾਹਦੇ ਮੈਂ ਟੈਸਟ ਕਰਵਾਵਾਂ। ਹੈ ਹੈ ਵਿਚਾਰੇ ਕਿੰਨੇ ਤੰਗ ਆ, ਦਵਾਈ ਹੱਥੋਂ ਬੈਠੇ ਆ ਅਤੇ ਮੇਰੇ ਕੋਲੋਂ ਖਰੇ ਝੱਕਦੇ ਨਹੀਂ ਪੈਸੇ ਮੰਗਣ ਦੇ। ਮੈਂ ਪੁੱਛ ਹੀ ਨਾ ਲਵਾਂ ਕਿ ਤੁਹਾਨੂੰ ਪੈਸੇ ਚਾਹੀਦੇ ਆ, ਮੇਰੇ ਕੋਲ ਥੋੜ੍ਹੇ ਬਹੁਤੇ ਲੈ ਲਓ। ਕੋਈ ਗੱਲ ਨਹੀਂ ਮੰਮੀ ਜੀ, ਜਿਹੜੀਆਂ ਨਿੱਕੀਆਂ ਮੋਟੀਆਂ ਤੰਗੀਆਂ ਦੁਰਸ਼ੀਆਂ ਵਾ ਨਾ ਉਹ ਘਰਾਂ 'ਚ ਹੀ ਆਉਂਦੀਆਂ ਹੁੰਦੀਆਂ ਵਾ, ਅਤੇ ਕੋਈ ਗੱਲ ਨਹੀਂ, ਜਦੋਂ ਕਦੇ ਪੈਸੇ ਹੋ ਜਾਂਦੇ ਆ ਤਾਂ ਤੁਸੀਂ ਆਪਣੇ ਕੋਲ ਹੀ ਥੋੜ੍ਹੇ ਬਹੁਤੇ ਰੱਖ ਲਿਆ ਕਰੋ, ਪਤਾ ਤਾਂ ਹੈਗਾ ਵਾ ਸਰੀਰ ਝਾਟੀ ਢਿੱਲਾ ਹੋ ਜਾਂਦਾ। ਪੁੱਤ ਘਰਾਂ ਦੀਆਂ ਮਜਬੂਰੀਆਂ ਹੀ ਇੱਦਾਂ ਦੀਆਂ ਵਾ, ਜਦੋਂ ਕੋਲ ਪੈਸੇ ਹੁੰਦੇ ਆ ਕੋਈ ਨਾ ਕੋਈ ਕੰਮ ਪੈ ਜਾਂਦਾ ਵਾ, ਉਹ ਫਿਰ ਖਰਚੇ ਜਾਂਦੇ ਆ ਅਤੇ ਦਵਾਈ ਦਾ ਫਿਰ ਚੇਤਾ ਭੁਲਾ ਲਈਦਾ ਜਦੋਂ ਠੀਕ ਹੋ ਜਾਈਦਾ ਮਾਸਾ। ਕੋਈ ਨਹੀਂ ਮੰਮੀ ਜੀ, ਮੈਂ ਨਾ ਇਹਨਾਂ ਨੂੰ ਵੀ ਕਹਿੰਦੀ ਹਾਂ ਵੀ ਇਹ ਤੁਹਾਡੇ ਨਾਲ ਜਾਣ, ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਆ, ਮੇਰੇ ਕੋਲ 2000 ਰੁਪਇਆ ਹੈਗਾ ਵਾ, ਉਹ ਤੁਸੀਂ ਲੈ ਲਓ, ਟੈਸਟ ਤਾਂ ਕਰਾਓ ਘੱਟੋ ਘੱਟ। ਚੱਲ ਪੁੱਤ ਜੇ ਤੇਰੇ ਕੋਲ ਆ ਤਾਂ ਤੂੰ ਰੱਖ ਲਾ ਆਪਣੇ ਕੋਲ, ਕੋਈ ਨਹੀਂ ਤੇਰੇ ਡੈਡੀ ਆਉਣਗੇ ਤਾਂ ਉਹਨਾਂ ਨੂੰ ਕਹੂੰਗੀ ਕਿ ਤੂੰ ਲਿਆ ਕੇ ਦਿਓ ਮੈਨੂੰ। ਕੋਈ ਨਹੀਂ ਮੰਮੀ ਜੀ, ਕਿਤੋਂ ਵੀ ਤਾਂ ਫੜਨੇ ਹੀ ਆ, ਅਤੇ ਘਰ ਦੇ ਜੀਆਂ ਨਾਲੋਂ ਪੈਸੇ ਥੋੜ੍ਹੀ ਚੰਗੇ ਹੁੰਦੇ ਆ। ਮੰਮੀ ਜੀ ਉਹ ਵੀ ਕੱਲ੍ਹ ਮੰਮੀ ਜੀ ਹੁਣਾਂ ਨੇ ਮੈਨੂੰ ਦਿੱਤੇ ਸੀ। ਮੰਮੀ ਹੁਣਾਂ ਨੇ ਦਿੱਤੇ ਸੀ? ਹਾਂਜੀ ਹਾਂਜੀ, ਕੋਈ ਗੱਲ ਨਹੀਂ, ਪੈਸੇ ਵਰਤਣ ਨੂੰ ਹੀ ਹੁੰਦੇ ਆ, ਮੈਂ ਤੁਹਾਨੂੰ ਲਿਆ ਕੇ ਦਿੰਦੀ ਹਾਂ। ਪੁੱਤ ਮੇਰਾ ਜੀ ਨਹੀਂ ਕਰਦਾ ਤੇਰੇ ਕੋਲ ਪੈਸੇ ਲੈਣ ਨੂੰ, ਤੇਰੀ ਮੰਮੀ ਨੇ ਤੈਨੂੰ ਦਿੱਤੇ ਆ। ਉਹ ਕੋਈ ਗੱਲ ਨਹੀਂ ਮੰਮੀ ਜੀ, ਘਰ ਹੀ ਵਰਤਣੇ ਆ, ਮੈਂ ਕਿਹੜਾ ਕਿਤੇ ਹੋਰ ਵਰਤਣੇ ਆ। ਕਿੱਡੀ ਮੀਸਣੀ ਆ, ਕੱਲ੍ਹ ਤਾਂ 2000 ਜੇਬ 'ਚ ਪਾ ਕੇ ਬੈਠੀ ਆ ਅਤੇ ਮੈਨੂੰ ਦੱਸਿਆ ਹੀ ਨਹੀਂ। ਕੋਈ ਨਹੀਂ, ਇਸ ਤਰ੍ਹਾਂ ਲਿਆ ਕੇ ਤੇ ਫੜਾ, ਤੈਨੂੰ ਦਊਂ ਮੁੜ ਕੇ ਮੈਂ। ਆ ਲਓ ਮੰਮੀ ਜੀ। ਨਾਲੇ ਨਾ ਮੰਮੀ ਹੁਣੀ ਇਹ ਕਹਿੰਦੇ ਸੀ ਵੀ ਕੱਪੜੇ ਨਹੀਂ ਅਸੀਂ ਕਿਸੇ ਦੇ ਵੀ ਬਣਾਏ, ਅਤੇ ਜਦੋਂ ਸਾਰਾ ਪਰਿਵਾਰ ਆਓਗੇ ਨਾ ਫਿਰ ਤੁਹਾਨੂੰ ਕੱਪੜੇ ਬਣਾ ਕੇ ਦਊਂਗੇ। ਲੈ ਦੱਸ ਧੀਏ, ਕੱਪੜਿਆਂ ਦੀ ਕੀ ਲੋੜ ਸੀ?
ਇਦਾਂ ਆਉਂਦੇ ਜਾਂਦੇ ਰਹੀਏ ਨਾ ਭੈਣ ਭਰਾ ਮਿਲਦੇ ਗਿਲਦੇ ਰਹੀਏ ਤੇ ਫੇਰ ਹੀ ਚੰਗੇ ਲੱਗੀਦਾ ਵਾ ਚੀਜ਼ਾਂ ਨਾਲ ਥੋੜਾ ਮਿਲੀ ਵਰਤੀਦਾ ਵਾ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਕਰ ਲਓ ਰੈਸਟ ਤੇ ਮੈਂ ਇਹਨਾਂ ਨੂੰ ਕਵਾਂ ਵੀ ਤੁਹਾਡੇ ਨਾਲ ਚੱਲਣ ਨਾਲੇ ਮੈਂ ਸਬਜ਼ੀ ਰੱਖ ਲਾਂ ਅੰਦਰ ਠੀਕ ਹੈ ਰੱਖ ਲਾ ਕੱਪੜੇ ਦੇਣੇ ਹੁੰਦੇ ਤਾਂ ਹੁਣ ਤੈਨੂੰ ਦਿੰਦੀ ਚੱਲ 2000 ਰੁਪਈਆ ਤਾਂ ਮੇਰੇ ਹੱਥ ਲੱਗਾ ਕੋਈ ਗੱਲ ਨਹੀਂ ਹੁਣ ਨਹੀਂ ਇਹਦੇ ਵਿੱਚ ਤੈਨੂੰ ਪੈਸਾ ਕੋਈ ਵੀ ਮਿਲਦਾ ਪਰ ਮੁੰਡਾ ਵੇਖ ਲਾ ਕਿੱਡਾ ਮੀਸਣਾ ਹੀ ਮੈਨੂੰ ਆਂਦਾ 500 ਰੁਪਈਆ ਇਹਨਾਂ ਨੇ ਦਿੱਤਾ ਵਾ ਤੇ ਪਤਾ ਲੱਗਾ ਵੀ 2000 ਦਿੱਤਾ ਵਾ ਜਿੱਦਾਂ ਦੇ ਹੈਗਾ ਨਾ ਮੀਣਾ ਜਿਹਾ ਇੱਦਾਂ ਦੀ ਇਹਨੂੰ ਕਰ ਲੈਣਾ ਵਾ ਮੰਮੀ ਕੀ ਆ ਸਿਰ ਕੋ ਬੰਨੀਆਂ ਵਾ ਉਹ ਨਹੀਂ ਸਿਰ ਦੀ ਤੂੰ ਛੱਡ ਗੱਲ ਸਿਰ ਤੇ ਮੈਂ ਉਦਾਂ ਹੀ ਬੰਨ ਕੇ ਬੈਠੀ ਹਾਂ ਲੈ ਸਿਰ ਮੈਂ ਤਾਂ ਬੰਨਿਆ ਸੀ ਵੇਖ ਲਾ ਤੇਰਾ ਭਰਾ ਭਰਜਾਈ ਕੱਲ੍ਹ ਦੇ ਹੋ ਕੇ ਆਏ ਆ ਸਹੁਰਿਆਂ ਤੋਂ ਆਹੋ ਤੇ ਮੈਨੂੰ ਨਹੀਂ ਦੱਸਿਆ ਵੀ ਮਾਂ ਨੇ ਕੀ ਦਿੱਤਾ ਵਾ ਤੇ ਕੀ ਨਹੀਂ ਦਿੱਤਾ ਅੱਛਾ ਕੁਛ ਨਹੀਂ ਦੱਸਿਆ ਅਗੇ ਮੈਨੂੰ ਨਹੀਂ ਕੋਈ ਦੱਸਿਆ ਭਰਾ ਤੇਰੇ ਨੇ ਪੁੱਛਿਆ ਸੀ ਨਾ ਦੱਸਦੀ ਆ ਤਾਂਦਾ ਆਹੋ ਦਿੱਤਾ 500 ਰੁਪਈਆ ਤੇ ਮੈਨੂੰ ਤਾਂ ਹੁਣ ਕੋਈ ਰਾਹ ਨਹੀਂ ਲੱਭਣ ਡਿਆ ਵੀ ਇਹਨੂੰ ਪੁੱਛਾਂ ਕਿੱਦਾਂ ਆਹੋ ਹਾਰ ਕੇ ਮੈਂ ਬੱਧਾ ਸਿਰ ਅੱਛਾ ਮੈਂ ਆਣ ਕੇ ਇੱਥੇ ਬਹਿ ਗਈ ਮੈਂ ਕਿਹਾ ਵੀ ਮੈਂ ਤਾਂ ਠੀਕ ਨਹੀਂ ਗੀ ਬੜਾ ਹੀ ਬੁਰਾ ਹਾਲ ਆ ਇਹ ਮੰਮੀ ਜੀ ਦਵਾਈ ਖਾ ਲਓ ਮੈਂ ਕਿਹਾ ਦਵਾਈ ਤਾਂ ਕੱਲ੍ਹ ਜੋ ਬੰਨੇ ਲਿਆ ਕੇ ਦਿੱਤੀ ਸੀ ਮੈਂ ਖਾਧੀ ਆ ਮੈਨੂੰ ਫਰਕ ਨਹੀਂ ਪਿਆ ਤੇ ਮੈਂ ਕਿਹਾ ਡਾਕਟਰਾਂ ਦਾ ਹੀ ਟੈਸਟ ਕਰਾਓ 2000 ਰੁਪਇਆ ਟੈਸਟਾਂ ਦਾ ਲੱਗਣਾ ਅੱਛਾ ਤੇ ਮੈਂ ਕਿਹਾ ਮੇਰੇ ਕੋਲ ਹੁਣ ਪਿਆ ਕੋਈ ਨਹੀਂ ਜਿਹੜਾ 500 ਹੈਗਾ ਸੀ ਤੁਹਾਨੂੰ ਕੱਲ੍ਹ ਦੇਤਾ ਸੀ ਫਿਰ ਆਉਂਦੀ ਹੌਲੀ ਜੀ ਨਾ ਮੰਮੀ ਜੀ ਚੱਲ ਕੋਈ ਨਹੀਂ ਮੇਰੇ ਕੋਲ 2000 ਰੁਪਇਆ ਹੈਗਾ ਮੰਮੀ ਨੇ ਕੱਲ੍ਹ ਦਿੱਤਾ ਸੀ ਆਈਓ 2000 ਤਾਂ ਮੈਂ ਲਿਆ ਅੱਛਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੇਖ ਲਾ ਜੋਬਨ ਨੂੰ ਅਸੀਂ ਕਿੱਦਾਂ ਪੜਾਇਆ ਲਿਖਾਇਆ ਵਿਆਹਿਆ ਸਾਰੇ ਖਰਚੇ ਕੀਤੇ ਜੇ ਆਪਣਾ ਹੁੰਦਾ ਨਾ ਤੇ ਫੇਰ ਹੀ ਸਾਡੇ ਵੱਲ ਦੀ ਕੋਈ ਗੱਲ ਕਰਦਾ ਨਹੀਂ ਮੈਨੂੰ ਤੇ ਤੇਰੇ ਪਿਓ ਦੀ ਸਮਝ ਨਹੀਂ ਆਉਂਦੀ ਗਿਆ ਤੇ ਉੱਥੋਂ ਚੁੱਕ ਲਿਆ ਉਹ ਮੰਮੀ ਤੁਸੀਂ ਵੀ ਕਰਦੇ ਰਹਿੰਦੇ ਆ ਤੇਰਾ ਭਰਾ ਵਾ ਜੇ ਭਰਾ ਹੁੰਦਾ ਤੇ ਇਦਾਂ ਹੀ ਕਰਦਾ ਨਾ ਨੂੰ ਆਪਣੀ ਭੈਣ ਦਾ ਫਿਕਰ ਨਾ ਨੂੰ ਮਾਂ ਦਾ ਫਿਕਰ ਨਹੀਂ ਮੈਨੂੰ ਤੇ ਤੇਰੇ ਪਿਓ ਦੀ ਸਮਝ ਨਹੀਂ ਆਉਂਦੀ ਜੇ ਭੂਆ ਤੇਰੀ ਇਦਾਂ ਹੋ ਗਈ ਸੀ ਫੁੱਫੜ ਤੇ ਤੇਰਾ ਹੈਗਾ ਸੀ ਨਾ ਜਿੰਦਾ ਜਾਗਦਾ ਉਹ ਆਪੇ ਨਿਆਣੇ ਨੂੰ ਪਾਲਦਾ ਇਹ ਭਾਜੀ ਤੁਸੀਂ 3 ਨਿਆਣੇ ਕਿੱਦਾਂ ਸਾਂਭੋਗੇ ਚੱਲ ਇੱਕ ਮੈਂ ਲੈ ਜਾਂਦਾ ਵਾਂ ਚੱਲ ਲੈ ਆ ਕੀਤਾ ਤੇ ਇਹਨਾਂ ਚੰਗਾ ਪਰ ਉਹ ਸਾਡੇ ਵਿੱਚ ਰਲਦਾ ਨਹੀਂ ਗਾ ਬਗਾਨਾ ਖੂਨ ਵਾ ਤੇ ਬਗਾਨਾ ਹੀ ਰਹਿਣਾ ਵਾ ਉਹ ਪੜਦੇ ਰੱਖਦਾ ਸਾਡੇ ਕੋਲ ਜੇ ਆਪਣਾ ਹੋਵੇ ਤੇ ਇਦਾਂ ਹੀ ਕਰੇ ਸਾਡੇ ਨਾਲ ਹੁਣੇ ਤੇ ਲੁਕਾ ਰੱਖਣ ਡਿਆ ਪਿਆ ਵਾ ਹਲੇ ਵਿਆਹ ਨੂੰ 10 ਦਿਨ ਨਹੀਂ ਹੋਏ ਹੈਗੇ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਵਿਆਹੁਣ ਤੱਕ ਸਾਡੀ ਜ਼ਿੰਮੇਵਾਰੀ ਸੀ ਅਸੀਂ ਦਿੱਤਾ ਵਿਆਹ ਹੁਣ ਆਪਣਾ ਕਮਾਵੇ ਤੇ ਆਪਣਾ ਖਾਵੇ ਨਹੀਂ ਠੀਕ ਜੇ ਸੋਚੇ ਨਾ ਵੀ ਇਸ ਘਰ ਵਿੱਚੋਂ ਮੈਂ ਜਾਇਦਾਦ ਲੈ ਜਾਂ ਉਹ ਨਹੀਂ ਇਹਨੂੰ ਮਿਲਦੀ ਉਹ ਧੀਏ ਮੈਂ ਸਭ ਕੁਛ ਤੈਨੂੰ ਹੀ ਦੇਣਾ ਵਾਂ ਅੱਜ ਇੱਦਾਂ ਲਕਾ ਰੱਖਣ ਡਿਆ ਵਾ ਕੋਈ ਗੱਲ ਨਹੀਂ ਸੱਚੀ ਸਾਨੂੰ ਦੱਸਦਾ ਤੇ ਕੱਲ੍ਹ ਨੂੰ ਇਹ ਕੀ ਕਰੂਗਾ ਕੱਲ੍ਹ ਨੂੰ ਜੇ ਅਸੀਂ ਰੱਬ ਨਾ ਕਰੇ ਮੰਜੇ 'ਤੇ ਬਹਿ ਜਾਈਏ ਇਹ ਸਾਨੂੰ ਪੁੱਛੂਗਾ ਕਦੇ ਵੀ ਨਹੀਂ ਮੰਮੀ ਵੇਖੋ ਜੇ ਉਤੋਂ ਭਾਬੀ ਆ ਨਾ ਉਹ ਉਹਦੇ ਵੱਲ ਦੀ ਗੱਲ ਕਰਦੀ ਹੈ ਮਾਲਕਣ ਬਣੀ ਹੈ ਉਹਦੇ ਘਰ ਦੀ ਆ ਕੇ ਕੋਈ ਗੱਲ ਨਹੀਂ ਇਹਨੂੰ ਤਾਂ ਮਾਲਕਣ ਮੈਂ ਬਣਾਉਂਦੀ ਹਾਂ ਉਹਨੂੰ ਅਸਲ ਸੱਚਾਈ ਦਾ ਪਤਾ ਹੀ ਨਹੀਂ ਗਾ ਵੀ ਸੱਚਾਈ ਹੈ ਕੀ ਆ ਅਜੇ ਆ ਨਵੀਂ ਤੇ ਮੈਂ ਉਹਦੇ ਨਾਲ ਬਹੁਤੀ ਗੱਲ ਨਹੀਂ ਕਰਦੀ ਵੀ ਇਹਨੂੰ ਮੈਂ ਕੀ ਦੱਸਾਂ ਹਾਂਜੀ ਹੌਲੀ ਹੌਲੀ ਇਹਨੂੰ ਮੈਂ ਸਭ ਕੁਝ ਦੱਸ ਦੂੰਗੀ ਵੀ ਇੱਥੇ ਤੇਰਾ ਕੁਛ ਨਹੀਂ ਹੈਗਾ ਆਪਣੇ ਘਰ ਵਾਲੇ ਨੂੰ ਕਿਹਾ ਕਮਾਈ ਕਰ ਤਾਂ ਆਪਣਾ ਰੋਟੀ ਪਾਣੀ ਖਾਓ ਜੇ ਤੂੰ ਸਾਡੇ ਪੈਲੀ ਬੰਨੇ 'ਤੇ ਧਿਆਨ ਰੱਖੇ ਨਾ ਤੇ ਜਿਹੜੀ ਪੈਲੀ ਬੰਨਾ ਮੈਨੂੰ ਮਿਲ ਜਾਣਾ ਵਾ ਇਹ ਮਨ 'ਚੋਂ ਵਰਕਾ ਪਾੜ ਦੇ ਇਹ ਤੈਨੂੰ ਕੁਛ ਨਹੀਂ ਮਿਲਣਾ ਪਤਾ ਨਾ ਕੀ ਕਰੋ ਇਹ ਵਾਲੀ ਗੱਲ ਉਹਨਾਂ ਦੇ ਕੰਨਾਂ ਥਾਣੀ ਕੱਢ ਛੱਡੋ ਚੱਲ ਪੁੱਤ ਅਜੇ ਵਿਆਹ ਨੂੰ ਕਿਹੜੇ ਦਿਨ ਹੋਏ ਆ ਕੋਈ ਮਹੀਨਾ ਖੰਡ ਪੈ ਲੈਣ ਦੇ ਬਾਅਦ 'ਚ ਗੱਲ ਕਰੂੰਗੀ ਮੈਂ ਪਰ ਮੰਮੀ ਵਿਆਹ ਦਾ ਅਸਰ ਉਹਨੂੰ ਹੋ ਗਿਆ ਆ ਉਹ ਕੋਈ ਗੱਲ ਨਹੀਂ ਉਹਨੂੰ ਤਾਂ ਪਤਾ ਹੀ ਆ ਨਾ ਮੈਂ ਭੂਆ ਦਾ ਪੁੱਤ ਵਾਂ ਆਹ ਫੜ ਤੂੰ ਪੈਸੇ ਬਾਕੀ ਗੱਲਾਂ ਛੱਡ ਆ ਪੈਸੇ ਰੱਖ ਤੂੰ ਰੱਖ ਲਓ ਤੁਸੀਂ ਆਪਣੇ ਕੋਲ ਹੀ ਲੈ ਲੂੰਗੀ ਬਾਅਦ ਵਿੱਚ ਕੋਈ ਨਹੀਂ ਜਦੋਂ ਮੈਨੂੰ ਲੋੜ ਹੋਊ ਤੇਰੇ ਕੋਲ ਮੰਗ ਲੂੰਗੀ ਜਾ ਇੰਨੀਆਂ ਕੁ ਗੱਲਾਂ ਕੀਤੀਆਂ 2000 ਰੁਪਈਆ ਤਾਂ ਨਿਕਲਿਆ ਮੰਮੀ ਲੀਲੀ ਆਉਂਦੀ ਹੋਣੀ ਆ ਬੰਨ ਲਓ ਮੜਾਈ ਆ ਕੋਈ ਨਹੀਂ ਮੈਂ ਬੰਨ ਲੈਂਦੀ ਹਾਂ ਸਿਰ ਹੋਇਆ ਮੈਨੂੰ ਕੀ ਗੋਲੀ ਵੱਜੀ ਸੀ ਮੈਂ ਤਾਂ ਸਿਰਫ ਇਹੋ ਹੀ ਪਤਾ ਕਰਨਾ ਸੀ ਕਿ ਪੇਕਿਆਂ ਤੋਂ ਕੁਝ ਮਿਲਿਆ ਵੀ ਆ ਕਿ ਨਹੀਂ ਮਿਲਿਆ ਕੋਈ ਗੱਲ ਨਹੀਂ ਅਜੇ ਤਾਂ ਰੰਗ ਵਿਖਾ ਲੈਣੇ ਤੈਨੂੰ ਮੈਂ ਵੀ ਤੇਰੇ ਨਾਲ ਕੀ ਬਣਦਾ ਵਾ ਇਸ ਘਰ ਦੇ ਵਿੱਚੋਂ ਤੈਨੂੰ ਕੁਛ ਨਹੀਂ ਮਿਲਦਾ ਬੋਲਦੇ ਨੀ ਹਾਂਜੀ ਗੱਲ ਸੁਣਿਓ ਮੜੀ ਜੀ ਇੱਕ ਮਿੰਟ ਕੀ ਗੱਲ ਹੋ ਗਈ ਆ ਕੁਛ ਨਹੀਂ ਕਿੰਨਾ ਕੁ ਰਹਿ ਗਿਆ ਇੱਥੇ ਕੰਮ ਤੁਹਾਡਾ ਉਹ ਬਸ ਮੈਂ ਤੇ ਆਏ ਸ਼ਹਿਰੋਂ ਮੈਂ ਕਿਹਾ ਚੱਲ ਪੱਠੇ ਪਾ ਜਾ ਪੱਠੇ ਨਹੀਂ ਪਾਏ ਕਿਹਨੇ ਮੁੜ ਕੇ ਧਾਰਾਂ ਕੱਢਣੀਆਂ ਮੇਰੀ ਗੱਲ ਸੁਣੋ ਧਾਰਾਂ ਤੁਸੀਂ ਆ ਕੇ ਕੱਢ ਲਿਓ ਤੇ ਮੰਮੀ ਨੂੰ ਮੈਂ ਤੇ ਕਹਿੰਦੀ ਆ ਵੀ ਤੁਸੀਂ ਲੈ ਜਾਓ ਹਾਂ ਮਾੜਾ ਜਿਹਾ ਸ਼ਹਿਰ ਹੁਣ ਆਹ ਮੰਮੀ ਕਹਿੰਦੇ ਸੀ ਵੀ ਡਾਕਟਰ ਨੇ ਉਦਣ ਟੈਸਟ ਵੀ ਲਿਖ ਕੇ ਦਿੱਤੇ ਸੀ ਕੋਈ ਨਾਲ ਮੈਂ ਤੇ ਉਦਣ ਗਿਆ ਹਾਂ ਤੇ ਟੈਸਟ ਕੋਈ ਵੀ ਨਹੀਂ ਲਿਖਿਆ ਉਹਨੇ
पता नहीं की गल आ, कहें भी मैं ज़्यादा नहीं ठीक, तो जे मैं दवाई वालों कहा तो कहते नहीं नहीं दवाई ना मैं फर्क नहीं पैन दिया, जो टेस्ट लिख के दिते है ना उ कराने, तो मैं फिर क्या मैं तो करा लिया, कहते पैसे हाथों नहीं जान दी। अच्छा तो मैं फिर पता की किया, जो 2000 रुपया मेरे को मैं वो देता। 2000 रुपया देता? बार बार तो एक गल करी जाते ही भी पैसे अग हथों नहीं जान दी। ओह तू पैसे क्यों दिते? घटो घट मैं तो पूछ लेंगे। मैंने सच्ची बड़ा तरस आन दिया जो कह तरस तो भावें आने दिया की गल घर पैसे नहीं वह पैसों ने दवाई लियानी इन चीज़ नहीं समझ नहीं आई तू। कोई नहीं जाना हूँ मैं आप। वेख ला इन सारिया गलों का नहीं ना पता तो ताहों ये गलों में आ जाती है। कोई गल नहीं समझा ही पैना वा थोड़ा जहा। जोत चला चलिए घर। जोत तुम चलो अंदर मैं आ गया। ठीक जी हूँ? मैं तो ठीक ही हाँ, मैनू की होना वा। जोत आई ही मेरे वाल कहन ही मम्मी ठीक नहीं है, तो जे नहीं ठीक तो चलो मैं दवाई लै देना। वे दवाई तो मैं बाद में लियाऊंगी, पहला मैं एक गल तेन पूछनी हाँ। जे तेन उतों नर्क के क्ड के ही अपने को लै ही आता ही तो तेन वधिया तरीके पालिया पढ़ाया तेन व्याया तो ता करके आ कम करता फिर साढ़े नाल। तेन मासा शर्म नहीं आती? बगाना खून वा ना तो बगाना बन बन दसन दिया ना सानू मां प्यो तो नहीं ना समझ दिया। मम्मी मैं ता करके नहीं तुम्हें पैसे वालों दसिया, मैं चल जोत नू दिते उहदे घर दिया ने ते अहीं मंगदे चंगे लगांगे। ते जोत ने भी तो इत्थों ही वरतने आ। ओ चलो वरतने आ ते अजे तो नवा नवा काम वा ते चल मैं सोचा भी चलो की सोचूगी मन च भी मेरे को पैसे भी लैण दे पए आ। जे नवे नवे काम दे विच उहनू भूवे चढ़ाता ना उहदी आदत बन जाणी आ ते मेरे को नहीं वेख्या जाना। मैं तेन पहली गल दसदा जे इत्थे रहना वा ना ते बंदियां नू मां प्यो समझिया कर ते हर एक गल साडे नाल करिया कर। मम्मी एडी वड्डी ते गल होई भी कोई नहीं है, तुसीं तां एवें डे जिद्दां करन जिद्दां तूं करन डिया वा ना तेरे वल वेख वेख के पर कि उहने वी इदां ही करना वा। ओह नहीं करदी, जे करूगी ते कोई मैं सामभ लूंगा। बहुत तूं सामणा वा आ सुधरिया नहीं तूं तूनू सुधारना तूं। ओह चलो हुण बब्बा दवाई ते लै आ जा के। कोई गल नहीं, जिहड़ी कल दवाई लियांदी है ना मैं अज का दिन खा के वेख लैनी हाँ की तो फर्क पै ही जाए ना हो तो कल नू जाके लै आऊंगी। चलो बैठो तुम। चंगा इन्हें इदा नहीं गा सुधरना, इनू ना टाइम टाइम तो चेता करवाई रहूंगी। फिर तू हाडा पुत नहीं गा तेन उतना नरक तो लिया के इतने रखिया पालिया पढ़ाया सारे काम वधिया तरीके ना तेरे किते, तो जे हूँ इदा हाडे ना करेंगा ना तो फिर तेन उत्थे ही धक्के मार के कढ़ूंगी। इतने नहीं तेरा थान कोई भी बनता, फिर समझ आऊगी इनू। एक ओनू मगर लाऊ दिया वा, हद हो गई ए वाली। रुपिंदर उठ के तो चाह बना दे, मैं मुड़ के जाना पैली वाल। भाभी अंदर ही ओनू कदे बना दिंदी है? ओ चल बना दे हां उठ के, जे कह दिता तेनू ते को हाल नहीं, बस हले बैठी हां वेली हो गई। ओ नाले मेरी गल सुन, फोन फड़ के ना बैठिया कर, पढ़ाई तेरी पूरी हो गई है ना ते गां वेख भी की पढ़ना वा। अपने काम ना काम रखिया कर ठीक है ना, मैं सोच लूंगी अपने बारे। ओ चल कुट चाह ही कहता वा बनाउन नू, बना दे हां। हाड़ी अंदर बैठी है ना ओनू कह, ओनू पूजा करन नू नहीं लंदा ते पूजा करनी है। होली बोलो अगे मम्मी दिवाले होए ही हुण तुसीं हो जाओ, क्यों तमाशा ला के दसण दी आ? ओ मैं कहनी जिहड़ा कल नूं पता लगना ना ओ हुणे लगे इहनूं। ओ चल हौली बोल, आ तेरे हत्थ जोड़े ओ तेरी रौली पाई है। चाह बना दे ना, मगर उत्थे हवेली तक चल गई आ हुण आ के अंदर वड़ गई है, की गल कोई चाह नहीं बनाई जांदी? मम्मी नूं दसनी है जा। मम्मी आ वेख लो इहदे काम की होया पुत्त। होना होना की आ, चंगी भली फोन लैके बैठी ही ते आ के ते मैनूं चाह बारे कहण डै पिया। ते चाह बारे ओहनूं जोत नूं कहिंदा, तैनूं क्यों कहण डिया वा? ना ओहनूं ते कहना ही नहीं है ते। ओ चल कोई गल नहीं, इत्थे बथेरी हुण मैं बेइज्जती कीती आ, मेरे को बेइज्जती करा के अंदर नूं चलिया, गाड़ी तूं लभ गई होणी आ ते तैनूं सुना देता भी चाह बणा दे। ए फोन फड़ के बैठी रहिनी आ, इदां करिया कर उदां करिया कर, वड्डा सियाणा आया वा, मैनूं नहीं पता मैं की करना वा। ओ कोई गल नहीं, खेजना आ लैंदे बाहर, इहनूं मैं दसदी आ माता भी अगे तो तेरा विआह नहीं होया, तैनूं चाह पाणी ओह बणा दिंदी ही, हुण ओहनूं क्या कर, नाल सानूं वी घुट बणा के दिया करे कि जां सारी उम्र इन्नी प्यालनी बणा बणा के हवेली मगर तुरी रहिंदी आ, जिद्धर नूं जांदा मगर मगर तुरी रहिंदी आ। ओहदे मासा वी इहनूं है नहीं, भले 10 दिन विआह नूं होए आ
ਮੈਂ ਚਲ ਕੋਈ ਚਾਹ ਜੂ ਉਹਨੂੰ ਤੇ ਬਣਾ ਲਾ ਆਪੇ ਤੂੰ ਸੁਣਾ ਦੇ ਦੇ ਕਹਿ ਭਾਬੀ ਚਾਹ ਬਣਾ ਸਾਰਿਆਂ ਵਾਸਤੇ ਸਾਰਿਆਂ ਪੀਣੀ ਆ ਅੱਜ ਹੀ ਸਾਰੇ ਕੰਮ ਦੀ ਗੇਜ ਪਾਲੀ ਨਾ ਤੇ ਇਹਨੇ ਤਾਂ ਫੁੱਲਾਂ ਰਾਣੀ ਬਣ ਜਾਣਾ ਇਹਨੂੰ ਆ ਲੈਂਦੇ ਅਕਰਾਂ ਬਾਹਰ ਇਹਦੀ ਕਿੱਦਾਂ ਹਿੰਮਤ ਪਈ ਕੁੜੀ ਨੂੰ ਇੰਨੀ ਗੱਲ ਕਹਿਣ ਦੀ ਨਿਆਣੀ ਉਹ ਹੈਗੀ ਵਿਚਾਰੀ ਚੱਲ ਪਹਿਲਾਂ ਤਾਂ ਸਾਰਾ ਕੰਮ ਕਰਦੀ ਸੀ ਹੁਣ ਆਪੇ ਕਰਿਆ ਕਰੂਗੀ ਜੋਬਨ ਜੋਬਨ ਹਾਂਜੀ ਡੈਡ ਜੀ ਆਹ ਗੱਲ ਸੁਣ ਮੇਰੀ ਕਿੱਥੇ ਗਏ ਤੁਸੀਂ ਸਵੇਰ ਦੇ ਉਹ ਮੈਂ ਯਾਰ ਗਿਆ ਹਵੇਲੀ ਥੋੜ੍ਹਾ ਕੰਮ ਸੀ ਅੱਛਾ ਤੇ ਉਹ ਦਲਜੀਤ ਨਹੀਂ ਆ ਆਹੋ ਉਹਦਾ ਭਰਾ ਲਵਲੀ ਵੀ ਹੈਗਾ ਕੋਈ ਪਤਾ ਨਹੀਂ ਮੈਨੂੰ ਤਾਂ ਨਹੀਂ ਪਤਾ ਮੈਨੂੰ ਤਾਂ ਅੱਜ ਪਤਾ ਲੱਗਾ ਉਹ ਆਏ ਸੀ ਪੈਸੇ ਦੇਣ ਅੱਛਾ ਤੇ ਮੈਂ ਪੁੱਛਿਆ ਮੈਂ ਪੁੱਤ ਤੈਨੂੰ ਤਾਂ ਮੈਂ ਜਾਣਦਾ ਵਾਂ ਤੇ ਇਹਨੂੰ ਇਹ ਕੌਣ ਆ ਕਹਿੰਦਾ ਇਹ ਨਾਨਕੇ ਰਹਿੰਦਾ ਰਿਹਾ ਮੇਰਾ ਭਰਾ ਵਾ ਲਵਲੀ ਅੱਛਾ ਤੇ ਉਹਨਾਂ ਦੇ ਗਿਆ 50,000 ਰੁਪਇਆ ਮੈਨੂੰ ਅੱਛਾ ਜਿਹੜਾ ਲਿਆ ਸੀ ਉਹਨਾਂ ਨੇ ਜਿਹੜਾ ਉਹਨਾਂ ਨੇ ਲਿਆ ਸੀ ਠੀਕ ਆ ਤੇ ਤੂੰ ਇੱਦਾਂ ਕਰ 15,000 ਰੁਪਇਆ ਦੇਣਾ ਵਾ ਕਾਲੇ ਬਿਲਡਿੰਗ ਵਾਲੇ ਦਾ ਠੀਕ ਆ ਉਹ ਦੇ ਦੇ ਤੇ 15 ਤੂੰ ਕੋਰ ਰੱਖ ਲਾ ਤੇ 20,000 ਰੁਪਇਆ ਮੇਰੇ ਖਾਤੇ ਜਮ੍ਹਾਂ ਕਰਾ ਦੇ ਤੇ ਡੈਡੀ 15 ਮੈਂ ਕੀ ਕਰਨਾ ਵਾ ਉਹ ਚੱਲ ਕੋਰ ਰੱਖ ਛੱਡ ਚੰਗੇ ਹੁੰਦੇ ਆ ਕਿਤੇ ਲੋੜ ਹੀ ਪੈ ਜਾਂਦੀ ਆ ਉਹ ਮੈਂ ਕੀ ਕਰਨੇ ਪੈਸੇ ਮੇਰੇ ਕੋਲ ਹੈਗੇ ਥੋੜੇ ਬਹੁਤੇ ਉਹ ਚੱਲ ਕੋਈ ਗੱਲ ਨਹੀਂ ਤੂੰ ਰੱਖ ਲਾ ਉਹ ਜਦੋਂ ਮੈਨੂੰ ਲੋੜ ਹੋ ਗਈ ਮੈਂ ਲੈ ਲੂੰਗਾ ਕੋਈ ਗੱਲ ਨਹੀਂ ਉਹ ਚੱਲ ਤੂੰ ਮੇਰਾ ਪੁੱਤ ਵਾਂ ਕਿਤੇ ਲੋੜ ਹੀ ਪੈ ਜਾਂਦੀ ਵਿਆਹ ਵਰਿਆਂ ਤੋਂ ਹੈਗਾ ਵਾ ਕਿਤੇ ਰਿਸ਼ਤੇਦਾਰਾਂ ਦੇ ਜਾਣਾ ਪੈਂਦਾ ਫਿਰ ਮੰਗਦਾ ਫਿਰੇਗਾ ਸਾਡੇ ਕੋਲ ਹਾਏ ਮੇਰੀ ਇਹ ਕਿਸਮਤ ਏ ਆ ਬੰਦਾ ਵੀ ਪਤਾ ਨਹੀਂ ਕੀ ਸੋਚਦਾ ਵਾ ਉਹਨੂੰ ਧੱਕੇ ਨਾਲ ਹੀ ਪੈਸੇ ਫੜਾਈ ਜਾਣ ਡਿਆ ਵਾ ਫੜ 15,000 ਤੂੰ ਰੱਖ ਲਾ ਤੇਰੇ ਕੰਮ ਆਊਗਾ ਇਹਨੇ ਪੈਸੇ ਕੀ ਕਰਨੇ ਆ ਕਿੱਥੇ ਲੈ ਕੇ ਜਾਣੇ ਆ ਜਿਹਨੂੰ ਮਿਲਦੇ ਆ ਉਹ ਨਾ ਕਰਦਾ ਵਾ ਕੋਈ ਗੱਲ ਨਹੀਂ ਵੇਹਨੀ ਆ ਭਲਾ ਕੀ ਕਰਦੇ ਆ ਰੱਖ ਲਾ ਮੇਰਾ ਪੁੱਤ ਮੈਨੂੰ ਫੜਾ ਇੱਧਰ ਪੈਸੇ ਜੋਬਨ ਨੇ ਕੀ ਕਰਨੇ ਆ ਨਾਲੇ 15,000 ਰੁਪਈਆ ਇਹਨੇ ਕੀ ਕਰਨਾ ਵਾ ਕੰਮ ਆ ਕੋਈ ਇਹਨੂੰ ਚੱਲ ਵਿਆਹ ਵਰਿਆ ਕਿਤੇ ਲੋੜ ਲੜ ਪੈ ਜਾਂਦੀ ਉਹਨੂੰ ਕਾਹਦੀ ਲੋੜ ਵਾ ਜਦੋਂ ਜਾਂਦਾ ਕਿਤੇ ਘਰੋਂ ਦੇ ਕੇ ਹੀ ਤੋਰਦੇ ਆ ਆ ਫੜ 50,000 ਰੁਪਈਆ ਆਪਣੇ ਪਿਓ ਦੇ ਖਾਤੇ ਵਿੱਚ ਜਮ੍ਹਾਂ ਕਰਾ ਕੇ ਨਾ ਸਲਿੱਪ ਲਿਆ ਕੇ ਮੈਨੂੰ ਫੜਾ ਮੰਮੀ ਮੈਂ ਤੇ ਅੱਗੇ ਡੈਡ ਨੂੰ ਕਹਿਣ ਦੇ ਸੀ ਵੀ ਮੈਂ ਪੈਸੇ ਕੀ ਕਰਨੇ ਆ ਚੱਲ ਜਾ ਫਿਰ ਛੇਤੀ ਆ ਜੀ ਮੇਰੀ ਸੁਣੋ ਗੱਲ ਤੁਹਾਡਾ ਦਿਮਾਗ ਠੀਕ ਵਾ 15,000 ਰੁਪਈਆ ਉਹਨੂੰ ਦੇਣ ਦੇ ਜੇ ਕੀ ਲੋੜ ਵਾ ਉਹਨੂੰ ਉਹ ਮੈਨੂੰ ਤੇ ਇਹੀ ਚੱਲ ਫੇਰ ਮੰਗਦਾ ਫਿਰੂਗਾ ਸਾਡੇ ਕੋਲ ਵਿਆਹ ਵਰਿਆ ਕਿਤੇ ਲੋੜ ਹੀ ਪੈ ਜਾਂਦੀ ਆ ਆਪ ਪੜਦੇ ਰੱਖਦਾ ਵਾ ਹਰ ਗੱਲ ਦਾ ਸਾਡੇ ਕੋਲ ਤੇ ਤੁਸੀਂ ਬਿਲ ਪੁੱਛੋ ਹੀ ਉਹਨੂੰ 15,000 ਫੜਾਉਣ ਦੇ ਜੇ ਕਦਾ ਪੜਦਾ ਰੱਖਿਆ ਉਹਨੇ ਕੋਈ ਨਹੀਂ ਟਾਈਮ ਆ ਲੈਂਦੋ ਉਹ ਵੀ ਸਾਰੀ ਗੱਲ ਤੁਹਾਨੂੰ ਮੈਂ ਦੱਸੂਗੀ ਵੀ ਕਾਦੇ ਪੜਦੇ ਰੱਖਦਾ ਵਾ ਟਾਈਮ ਆਉਂ ਤੇ ਤੁਸੀਂ ਦੱਸਣਾ ਤੂੰ ਹੁਣੇ ਦੱਸਦੇ ਹਾਂ ਹੁਣੇ ਨਹੀਂ ਨਾ ਮੈਂ ਦੱਸਣਾ ਉਹਦੇ ਹੁੰਦਿਆਂ ਦੱਸੂਗੀ ਵੀ ਦੱਸ ਇਹ ਗੱਲ ਤੂੰ ਲੁਕਾਈ ਨਾ ਸਾਡੇ ਤੋਂ ਤੁਹਾਡੀਆਂ ਬੇੜੀਆਂ 'ਚ ਵੱਟੇ ਪਏ ਜਿਹੜਾ ਲਿਆ ਕੇ ਤੇ ਇੱਥੇ ਰੱਖ ਲਿਆ ਉਹਨੂੰ ਮੈਨੂੰ ਤੇ ਯਾਰ ਇਹਦੀ ਸਮਝ ਨਹੀਂ ਆਉਂਦੀ ਜਨਾਨੀ ਦੀ ਚੱਲ ਜੇ ਉਹਨੂੰ ਮੈਂ ਦੇ ਹੀ ਦਿੱਤਾ ਸੀ 15,000 ਰੁਪਇਆ ਤੇ ਆਖਰ ਆ ਗਈ ਉਹ ਕਿਹੜਾ ਐਡਾ ਛਦਾਈ ਹੈ ਵੀ ਜਿਹਨੇ ਖਰਚ ਲੈਣੇ ਸਾਰੇ